ਹੈਲੋ ਜੀ, ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ। ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਮੋਤੀਚੂਰ ਦੇ ਲੱਡੂਆਂ ਦੀ ਰੈਸਪੀ। ਜਿਹੜੇ ਇਹ ਮੋਤੀਚੂਰ ਦੇ ਲੱਡੂ ਨੇ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਅਤੇ ਬਹੁਤ ਜਲਦੀ ਬਣ ਜਾਂਦੇ ਨੇ, ਅਤੇ ਆਓ ਅਸੀਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰੀਏ। ਬਹੁਤ ਸੌਖੇ ਜਿਹੇ ਤਰੀਕੇ ਦੇ ਨਾਲ ਅੱਜ ਅਸੀਂ ਬਣਾਵਾਂਗੇ ਲੱਡੂਆਂ ਨੂੰ। ਸਭ ਤੋਂ ਪਹਿਲਾਂ ਅਸੀਂ ਬੇਸਣ ਲੈ ਲਵਾਂਗੇ। ਇੱਥੇ ਆਪਾਂ ਬੇਸਣ ਲਵਾਂਗੇ 300 ਗ੍ਰਾਮ ਦੇ ਕਰੀਬ। ਅਸੀਂ 300 ਗ੍ਰਾਮ ਪੂਰਾ ਇਹਨੂੰ ਨਾਪ ਲਿਆ ਹੈ। ਜਿੰਨਾ ਅਸੀਂ ਬੇਸਣ ਲਵਾਂਗੇ ਨਾ, ਉਹ ਤੋਂ ਡਬਲ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ। ਜੇ ਆਪਾਂ 300 ਗ੍ਰਾਮ ਬੇਸਣ ਲਵਾਂਗੇ ਤਾਂ ਇਹਦੇ ਵਿੱਚ ਆਪਾਂ 600 ਗ੍ਰਾਮ ਪਾਣੀ ਪਾ ਦੇਵਾਂਗੇ, ਪਰ ਪਾਣੀ ਅਸੀਂ ਇੱਕਦਮ ਸਾਰਾ ਨਹੀਂ ਪਾਉਣਾ ਹੈ। ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਅਸੀਂ ਬੇਸਣ ਨੂੰ ਘੋਲ ਕੇ ਤਿਆਰ ਕਰਾਂਗੇ। ਹੌਲੀ ਹੌਲੀ ਅਸੀਂ ਤਾਂ ਪਾਉਣਾ ਹੈ ਕਿ ਇਹਦੇ ਵਿੱਚ ਜਿਹੜੀ ਆ ਗੱਠਾ ਨਾ ਪੈਣ, ਅਤੇ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਸਾਰਾ ਪਾ ਦੇਵਾਂਗੇ। ਇੱਕਦਮ ਅਸੀਂ ਪਤਲਾ ਜਿਹਾ ਬੇਸਣ ਘੋਲ ਕੇ ਤਿਆਰ ਕਰਾਂਗੇ। ਜਿਹੜਾ ਥੋੜ੍ਹਾ ਜਿਹਾ ਪਾਣੀ ਰਹਿ ਗਿਆ ਹੈ ਉਹ ਵੀ ਅਸੀਂ ਪਾ ਦਿੰਦੇ ਹਾਂ, ਅਤੇ ਸਾਰੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਬੇਸਣ ਅਸੀਂ ਜਿਹੜਾ ਘੋਲਣਾ ਹੈ ਉਹ ਆਪਾਂ ਇੱਦਾਂ ਦਾ ਘੋਲ ਕੇ ਤਿਆਰ ਕਰਨਾ ਹੈ, ਬਿਲਕੁਲ ਪਤਲਾ ਜਿਹਾ, ਦੇਖੋ। ਠੀਕ ਹੈ, ਅਤੇ ਹੁਣ ਅਸੀਂ ਸ਼ੁਰੂ ਕਰਾਂਗੇ, ਇਹਦੀ ਪਹਿਲਾਂ ਚਾਸ਼ਨੀ ਬਣਾ ਕੇ ਤਿਆਰ ਕਰ ਲਵਾਂਗੇ। 300 ਗ੍ਰਾਮ ਜੇ ਅਸੀਂ ਬੇਸਣ ਲਿਆ ਹੈ, ਅਤੇ ਵੈਸੇ ਜਿਹੜੀ ਆਪਾਂ ਖੰਡ ਲੈਣੀ ਹੈ ਉਹ ਆਪਾਂ 600 ਗ੍ਰਾਮ ਲੈਣੀ ਹੈ, ਪਰ ਆਪਾਂ 600 ਗ੍ਰਾਮ ਖੰਡ ਨਹੀਂ ਪਾਉਣੀ ਹੈ। ਮੈਂ 100 ਗ੍ਰਾਮ ਜਿਹੜੀ ਖੰਡ ਹੈ ਉਹ ਘੱਟ ਪਾਵਾਂਗੀ। ਇੱਥੇ ਮੈਂ 500 ਗ੍ਰਾਮ ਖੰਡ ਲੈ ਲਈ ਹੈ, ਠੀਕ ਹੈ, ਕਿਉਂਕਿ ਜੇ ਮੈਂ 600 ਗ੍ਰਾਮ ਖੰਡ ਪਾਵਾਂਗੀ ਮਿੱਠਾ ਬਹੁਤ ਤੇਜ਼ ਹੋ ਜਾਣਾ ਹੈ, ਅਤੇ ਇਸ ਕਰਕੇ ਥੋੜ੍ਹਾ ਆਪਾਂ ਮਿੱਠਾ ਘੱਟ ਰੱਖਾਂਗੇ। ਤੁਸੀਂ ਜੇ 400 ਰੱਖਣਾ 400 ਵੀ ਰੱਖ ਲਓ, ਮੈਂ 500 ਗ੍ਰਾਮ ਰੱਖਿਆ ਹੈ। 500 ਗ੍ਰਾਮ ਜਿੱਦਾਂ ਖੰਡ ਆਪਾਂ ਲਈ ਹੈ, ਇੱਕ ਨਾਪਿਆ ਸੀਗਾ ਆਪਾਂ ਇਹ ਵਾਲਾ ਬਾਟਾ, ਇਹ ਪੂਰਾ ਭਰ ਕੇ ਆਪਾਂ ਖੰਡ ਦਾ ਲਿਆ ਹੈ, ਅਤੇ ਅਸੀਂ 1.5 ਕੁ ਜਿਹੜਾ ਹੈਗਾ ਨਾ 1.5 ਗੁਣਾ ਪਾਣੀ ਪਾਉਣਾ ਹੈ। ਜਿੰਨੀ ਖੰਡ ਹੈ ਉਹ ਤੋਂ ਆਪਾਂ 1.5 ਗੁਣਾ ਪਾਣੀ ਪਾਵਾਂਗੇ। ਗੈਸ ਨੂੰ ਔਨ ਕਰ ਦੇਵਾਂਗੇ, ਜਿਹੜੀ ਖੰਡ ਹੈ ਚੰਗੀ ਤਰ੍ਹਾਂ ਇਹਦੇ ਵਿੱਚ ਘੋਲ ਜਾਵੇ। ਕੋਈ ਅਸੀਂ 1 ਤਾਰ 2 ਤਾਰ ਕਿਸੇ ਤਰ੍ਹਾਂ ਦੀ ਚਾਸ਼ਨੀ ਨਹੀਂ ਬਣਾਉਣੀ ਹੈ, ਸਿਰਫ ਆਪਾਂ ਖੰਡ ਘੋਲ ਕੇ ਤਿਆਰ ਕਰਨੀ ਹੈ। ਥੋੜ੍ਹਾ ਜਿਹਾ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਪੀਲਾ ਰੰਗ, ਜਿਹੜਾ ਆਪਾਂ ਚੌਲਾਂ ਦੇ ਵਿੱਚ ਪਾਉਂਦੇ ਹਾਂ, ਥੋੜ੍ਹਾ ਜਿਹਾ ਪਾਉਣਾ ਹੈ, ਹਲਕਾ ਜਿਹਾ। ਥੋੜ੍ਹਾ ਜਿਹਾ ਅਸੀਂ ਪਾ ਦੇਵਾਂਗੇ ਇਹਦੇ ਵਿੱਚ ਇਲਾਇਚੀ ਦਾ ਪਾਊਡਰ, ਹਰੀ ਇਲਾਇਚੀ ਦਾ। ਜੇ ਤੁਸੀਂ ਹਰੀ ਇਲਾਇਚੀ ਦਾ ਪਾਊਡਰ ਪਾਉਣਾ ਚਾਹੁੰਦੇ ਹੋ ਪਾ ਦਿਓ, ਜੇ ਤੁਸੀਂ ਉਹਦੇ ਬੀਜ ਪਾਉਣਾ ਚਾਹੁੰਦੇ ਹੋ ਤਾਂ ਬੀਜ ਵੀ ਪਾ ਸਕਦੇ ਹੋ ਉਹਦੇ ਹਰੀ ਇਲਾਇਚੀ ਵਿੱਚੋਂ ਕੱਢ ਕੇ, ਅਤੇ ਇਹਨੂੰ ਆਪਾਂ ਰੱਖ ਦੇਵਾਂਗੇ ਇੱਕ ਸਾਈਡ 'ਤੇ ਰਿੱਝਣ ਨੂੰ। ਜਿਹੜੇ ਆਪਾਂ ਲੱਡੂ ਬਣਾ ਕੇ ਤਿਆਰ ਕਰਨੇ ਆ, ਇਹ ਆਪਾਂ ਦੇਸੀ ਘਿਓ ਵਿੱਚ ਵੀ ਬਣਾ ਸਕਦੇ ਹਾਂ ਅਤੇ ਰਿਫਾਇੰਡ ਵਿੱਚ ਵੀ ਬਣਾ ਸਕਦੇ ਹੋ, ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਉਹਦੇ ਵਿੱਚ ਬਣਾ ਲਵੋ। ਇੱਥੇ ਮੈਂ ਕੜਾਹੀ ਗੈਸ ਉੱਤੇ ਰੱਖ ਦਿੱਤੀ ਹੈ, ਇਹਦੇ ਵਿੱਚ ਮੈਂ ਪਾਇਆ ਹੈ ਦੇਸੀ ਘਿਓ। ਦੇਸੀ ਘਿਓ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਹੈ। ਲੱਡੂ ਬਣਾਉਣ ਦੇ ਲਈ ਜੇ ਤੁਹਾਡੇ ਕੋਲ ਝਾਰਨੀ ਹੈ ਤਾਂ ਠੀਕ ਹੈ, ਜੇ ਨਹੀਂ ਹੈ ਤੁਸੀਂ ਇੱਦਾਂ ਕੋਈ ਪਲਾਸਟਿਕ ਦਾ ਡੱਬਾ ਲੈ ਲਵੋ, ਅਤੇ ਇਹਦੇ ਵਿੱਚ ਤੁਸੀਂ ਛੋਟੇ ਛੋਟੇ ਹੋਲ ਕਰ ਲਵੋ ਕਿਸੇ ਸਿਲਾਈ ਦੇ ਨਾਲ, ਜਿੱਦਾਂ ਸਿਲਾਈ ਹੁੰਦੀ ਨਾ ਉਹਨੂੰ ਗਰਮ ਕਰਕੇ, ਅਤੇ ਇਹਦੇ ਵਿੱਚ ਹੋਲ ਕਰ ਲਵੋ। ਜੇ ਝਾਰਨੀ ਹੈ ਤਾਂ ਫਿਰ ਰਹਿਣ ਦੇਵੋ। ਇੱਥੇ ਮੇਰੇ ਕੋਲ ਜਿਹੜੀ ਝਾਰਨੀ ਹੈ ਉਹ ਇਸ ਤਰ੍ਹਾਂ ਦੀ ਹੈ, ਥੋੜ੍ਹੀ ਮੋਟੀ ਹੈ, ਬਰੀਕ ਨਹੀਂ ਹੈ, ਪਰ ਅਸੀਂ ਇਹ ਮੋਟੀ ਵਿੱਚ ਹੀ ਬਣਾ ਕੇ ਟਰਾਈ ਕਰਾਂਗੇ, ਕਿੱਦਾਂ ਦੇ ਬਣਦੇ ਨੇ ਤੁਹਾਨੂੰ ਦੱਸਾਂਗੇ। ਜੇ ਤੁਹਾਡੇ ਕੋਲ ਝਾਰਨੀ ਇਹ ਵੀ ਨਹੀਂ ਹੈ ਜਾਂ ਤੁਹਾਡੇ ਕੋਲ ਡੱਬਾ ਵੀ ਨਹੀਂ ਹੈ, ਤਾਂ ਤੁਸੀਂ ਸਿੰਪਲ ਜਿਹੜੀ ਪੌਣੀ ਹੁੰਦੀ ਨਾ ਘਰ, ਜਿੰਨਾ ਅਸੀਂ ਮਤਲਬ ਪੂਰੀਆਂ ਪਾਰੀਆਂ ਤਲਦੇ ਹਾਂ, ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ। ਘਿਓ ਗਰਮ ਹੋ ਚੁੱਕਾ ਹੈ, ਅਤੇ ਹੁਣ ਅਸੀਂ ਜਿਹੜੀ ਝਾਰਨੀ ਹੈਗੀ ਉਹ ਆਪਾਂ ਰੱਖ ਦੇਵਾਂਗੇ ਕੜਾਹੀ ਦੇ ਉੱਪਰ ਇਸ ਤਰ੍ਹਾਂ ਥੋੜ੍ਹੀ ਉੱਪਰ ਕਰਕੇ, ਅਤੇ ਇੱਕ ਕੜਛੀ ਦੇ ਨਾਲ ਅਸੀਂ ਜਿਹੜਾ ਬੇਸਣ ਵਾਲਾ ਬੈਟਰ ਹੈਗਾ ਹੈ, ਪਤਲਾ ਪਤਲਾ ਅਸੀਂ ਬਣਾ ਕੇ ਜਿਹੜਾ ਤਿਆਰ ਕੀਤਾ ਹੈ ਉਹ ਪਾਵਾਂਗੇ ਅਸੀਂ ਇਸ ਝਾਰਨੀ ਦੇ ਵਿੱਚ। ਗੈਸ ਨੂੰ ਪਹਿਲਾਂ ਆਪਾਂ ਘਿਓ ਬਿਲਕੁਲ ਤੇਜ਼ ਗਰਮ ਕਰ ਲੈਣਾ ਹੈ, ਫਿਰ ਆਪਾਂ ਗੈਸ ਨੂੰ ਘੱਟ ਕਰ ਦੇਣਾ ਹੈ। ਇਸ ਤਰ੍ਹਾਂ ਅਸੀਂ ਪਾਈ ਜਾਵਾਂਗੇ। 2-3 ਕੜਛੀਆਂ ਮੈਂ ਇੱਕ ਵਾਰ 'ਚ ਪਾ ਦੇਣੀਆਂ ਹੈ। ਤਿੰਨ ਕੜਛੀ ਅਸੀਂ ਪਾ ਦਿੱਤੀਆਂ ਹੈ। ਜਦੋਂ ਇਹ ਵਾਲੀ ਜਿਹੜੀ ਬੂੰਦੀ ਹੈਗੀ ਇਹਦਾ ਕਲਰ ਜਿਹੜਾ ਹਲਕਾ ਜਿਹਾ ਚੇਂਜ ਹੋ ਜਾਏਗਾ ਉਦੋਂ ਤੱਕ ਅਸੀਂ ਇਹਨੂੰ ਪਕਾਵਾਂਗੇ। ਇਹ ਵਾਲੀ ਜਿਹੜੀ ਬੂੰਦੀ ਹੈਗੀ ਜ਼ਿਆਦਾ ਬਰੀਕ ਹੈਗੀ ਹੈ, ਇਸ ਕਰਕੇ ਜਦੋਂ ਅਸੀਂ ਇਹਨੂੰ ਇਹਦੇ ਵਿੱਚੋਂ ਕੱਢਣਾ ਹੈ ਕੜਾਹੀ ਵਿੱਚੋਂ, ਤਾਂ ਅਸੀਂ ਇੱਕ ਪੌਣੀ ਲੈ ਲਵਾਂਗੇ, ਜਿਹੜੀ ਜਾਲੀ ਵਾਲੀ ਪੌਣੀ ਹੁੰਦੀ ਇਸ ਤਰ੍ਹਾਂ ਦੀ ਉਹ ਲੈ ਲਵਾਂਗੇ, ਅਤੇ ਇੱਕ ਕੜਛੀ ਦੇ ਨਾਲ ਪੌਣੀ ਦੇ ਨਾਲ ਆਪਾਂ ਇੱਧਰੋਂ ਕੱਢ ਕੇ ਜਾਲੀ ਵਾਲੀ ਪੌਣੀ ਦੇ ਵਿੱਚ ਪਾਈ ਜਾਵਾਂਗੇ। ਠੀਕ ਹੈ, ਇਸੇ ਤਰ੍ਹਾਂ ਜਿਹੜੀ ਸਾਰੀ ਬੂੰਦੀ ਹੈਗੀ ਹੈ ਆਪਾਂ ਕੜਾਹੀ ਦੇ ਵਿੱਚੋਂ ਕੱਢ ਲਵਾਂਗੇ, ਅਤੇ ਇਹਦਾ ਘਿਓ ਨਚੋੜ ਲਵਾਂਗੇ ਚੰਗੀ ਤਰ੍ਹਾਂ।
ਨਿਚੋੜ ਨਿਚੋੜ ਕੇ ਜਿਹੜਾ ਆਪਾਂ ਲਾਗੇ ਇੱਕ ਬਾਊਲ ਰੱਖਿਆ ਹੈ ਇਹਦੇ ਵਿੱਚ ਪਾਈ ਜਾਵਾਂਗੇ। ਇਸੇ ਤਰ੍ਹਾਂ ਜਿਹੜੀ ਸਾਰੀ ਬੂੰਦੀ ਹੈਗੀ ਆ ਅਸੀਂ ਇਹਨੂੰ ਬਣਾ ਕੇ ਤਿਆਰ ਕਰ ਲਵਾਂਗੇ। ਬਹੁਤ ਸੌਖੀ ਹੈ ਬਣਾਉਣੀ, ਕੋਈ ਇੰਨਾ ਔਖਾ ਕੰਮ ਨਹੀਂ ਹੈ। ਇਸੇ ਤਰ੍ਹਾਂ ਅਸੀਂ ਜਿਹੜੀ ਸਾਰੀ ਬੂੰਦੀ ਹੈਗੀ ਆ ਇਹਨੂੰ ਫਰਾਈ ਕਰਕੇ ਰੱਖ ਲਵਾਂਗੇ। ਜਦੋਂ ਬੂੰਦੀ ਇਹ ਵਾਲੀ ਫਰਾਈ ਕਰਨ ਤੋਂ ਬਾਅਦ ਠੰਡੀ ਹੋ ਜਾਏਗੀ, ਫਿਰ ਅਸੀਂ ਇਹਨੂੰ ਹੱਥਾਂ ਦੇ ਨਾਲ ਮਲਾਂਗੇ। ਹੱਥਾਂ ਦੇ ਨਾਲ ਮਲਣ ਦੇ ਨਾਲ ਇਹ ਹੋਣਾ ਕਿ ਜੇ ਕਿਤੇ ਬੇਸਣ ਦਾ ਮੋਟਾ ਜਿਹਾ ਪੀਸ ਰਹਿ ਗਿਆ ਜਾਂ ਕਿਤੇ ਬੂੰਦੀ ਆਪਸ 'ਚ ਜੁੜੀ ਰਹਿ ਗਈ ਹੈ ਤਾਂ ਉਹ ਖੁੱਲ੍ਹ ਜਾਏਗੀ, ਉਹ ਭੁਰ ਜਾਏਗੀ। ਠੀਕ ਹੈ, ਇੱਧਰ ਜਿਹੜੀ ਸਾਡੀ ਚਾਸ਼ਨੀ ਹੈਗੀ ਹੈ ਇਹ ਵੀ ਰਿੱਝ ਰਹੀ ਹੈ, ਅਤੇ ਹੁਣ ਅਸੀਂ ਇਸ ਤਰ੍ਹਾਂ ਕਰਾਂਗੇ, ਚਾਸ਼ਨੀ ਦੇ ਵਿੱਚ ਜਿਹੜੀ ਆਪਾਂ ਬੂੰਦੀ ਬਣਾ ਕੇ ਰੱਖੀ ਹੋਈ ਹੈ ਇਹ ਸਾਰੀ ਆਪਾਂ ਚਾਸ਼ਨੀ ਦੇ ਵਿੱਚ ਪਾ ਦੇਵਾਂਗੇ। ਚਾਸ਼ਨੀ ਪਹਿਲਾਂ ਆਪਾਂ ਇੱਕ ਵਾਰ ਚੈੱਕ ਕਰ ਲਵਾਂਗੇ। ਚਾਸ਼ਨੀ ਹਲਕੀ ਜਿਹੀ ਚਿਪਚਿਪੀ ਹੋਣੀ ਚਾਹੀਦੀ ਹੈ, ਜਿਸ ਤਰ੍ਹਾਂ ਅਸੀਂ ਗੁਲਾਬ ਜਾਮੁਨ ਬਣਾਉਂਦੇ ਹਾਂ ਨਾ, ਸਿਰਫ ਆਪਾਂ ਖੰਡ ਨੂੰ ਹੀ ਉਹਦੇ ਵਿੱਚ ਘੋਲਦੇ ਹਾਂ ਪਾਣੀ ਦੇ ਵਿੱਚ। ਇਸੇ ਤਰ੍ਹਾਂ ਆਪਾਂ ਇਹ ਘੋਲਣੀ ਹੈ, ਕੋਈ ਆਪਾਂ ਤਾਰ ਵਗੈਰਾ ਚੈੱਕ ਨਹੀਂ ਕਰਨੀ ਹੈ। ਅਤੇ ਹੁਣ ਆਪਾਂ ਪਹਿਲਾਂ ਗੈਸ ਨੂੰ ਘੱਟ ਕਰ ਦਿੰਦੇ ਹਾਂ। ਇੱਕ ਵਾਰੀ ਬੂੰਦੀ ਪਾਉਣ ਤੋਂ ਬਾਅਦ ਬੂੰਦੀ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ। ਅਤੇ ਜੇਕਰ ਤੁਸੀਂ ਮਗਜ਼ ਪਸੰਦ ਕਰਦੇ ਹੋ ਤੁਸੀਂ ਇਹਦੇ ਵਿੱਚ ਮਗਜ਼ ਪਾ ਦਿਓ, ਅਤੇ ਮੈਂ ਵੀ ਇਹਦੇ ਵਿੱਚ 2 ਕੁ ਚਮਚ ਦੇ ਕਰੀਬ ਜਿਹੜੇ ਮਗਜ਼ ਹੈਗੇ ਆ ਉਹ ਪਾ ਦਿੱਤੇ ਆ। ਅਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਲਗਾਤਾਰ ਆਪਾਂ ਕੜਛੀ ਚਲਾਉਂਦੇ ਰੱਖਾਂਗੇ। ਜਿਹੜੀ ਇਹਦੇ ਵਿੱਚ ਸਾਨੂੰ ਚਾਸ਼ਨੀ ਥੋੜ੍ਹੀ ਜ਼ਿਆਦਾ ਲੱਗ ਰਹੀ ਹੈ ਨਾ, ਜਦੋਂ ਆਪਾਂ ਥੋੜ੍ਹੀ ਦੇਰ ਕੜਛੀ ਚਲਾਵਾਂਗੇ ਤਾਂ ਇਹ ਘੱਟ ਜਾਏਗੀ। ਠੀਕ ਹੈ, ਥੋੜ੍ਹੀ ਦੇਰ ਆਪਾਂ ਕੜਛੀ ਨੂੰ ਚਲਾਉਂਦੇ ਹਾਂ ਲਗਾਤਾਰ, ਅਤੇ ਆਪਾਂ ਥੋੜ੍ਹੀ ਦੇਰ ਬਾਅਦ ਦੇਖਾਂਗੇ ਕਿ ਜਿਹੜਾ ਸਾਡੇ ਇਹ ਵਾਲਾ ਮਟੀਰੀਅਲ ਹੈਗਾ ਬੂੰਦੀ ਵਾਲਾ ਇਹ ਥੋੜ੍ਹਾ ਸੁੱਕਾ ਸੁੱਕਾ ਹੋਣਾ ਸ਼ੁਰੂ ਹੋ ਜਾਏਗਾ, ਅਤੇ ਆਪਾਂ ਗੈਸ ਨੂੰ ਕਰ ਦੇਵਾਂਗੇ ਫਿਰ ਬੰਦ। ਥੋੜ੍ਹਾ ਜਿਹਾ ਰਸ ਆਪਾਂ ਲੱਡੂਆਂ ਦੇ ਵਿੱਚ ਰਹਿਣ ਦੇਵਾਂਗੇ। ਹੁਣ ਜਿਹੜੀ ਬੂੰਦੀ ਹੈਗੀ ਅਸੀਂ ਇਹਨੂੰ ਇੱਕ ਪਰਾਤ ਦੇ ਵਿੱਚ ਸ਼ਿਫਟ ਕਰ ਦੇਵਾਂਗੇ, ਦੇਖੋ। ਅਤੇ ਇਹਨੂੰ ਪਰਾਤ ਵਿੱਚ ਸ਼ਿਫਟ ਕਰਨ ਤੋਂ ਬਾਅਦ ਆਪਾਂ ਇਹਨੂੰ ਖਿਲਾਰ ਦੇਵਾਂਗੇ ਪੂਰੀ ਪਰਾਤ ਦੇ ਵਿੱਚ, ਅਤੇ ਠੰਡਾ ਹੋਣ ਲਈ ਰੱਖ ਦੇਵਾਂਗੇ। ਜਦੋਂ ਇਹ ਹਲਕਾ ਜਿਹਾ ਠੰਡਾ ਹੋ ਜਾਏ, ਮੀਨਸ ਕਿ ਸਾਡਾ ਹੱਥ ਲੱਗਦਾ ਹੋਵੇ, ਅਸੀਂ ਜਿਹੜੇ ਲੱਡੂ ਬਣਾ ਕੇ ਤਿਆਰ ਕਰਨੇ ਆ, ਪਹਿਲਾਂ ਆਪਾਂ ਇਹਨੂੰ ਥੋੜ੍ਹੀ ਦੇਰ ਠੰਡਾ ਹੋਣ ਲਈ ਰੱਖ ਦਿੰਦੇ ਹਾਂ। 20-25 ਮਿੰਟ ਬਾਅਦ ਅਸੀਂ ਆਵਾਂਗੇ। ਆਪਾਂ ਲੱਡੂਆਂ ਨੂੰ ਇੱਕ ਵਾਰੀ ਹੱਥ ਲਾ ਕੇ ਦੇਖ ਲੈਂਦੇ ਹਾਂ ਕਿ ਇਹ ਹਲੇ ਵੀ ਜਿਹੜੇ ਹਲਕੇ ਹਲਕੇ ਗਰਮ ਹੈ, ਪੂਰੀ ਚੰਗੀ ਤਰ੍ਹਾਂ ਠੰਡੇ ਨਹੀਂ ਹੋਏ ਆ। ਅਤੇ ਜਿਹੜੇ ਜਦੋਂ ਇਹ ਹਲਕੇ ਹਲਕੇ ਗਰਮ ਹੋਣ ਅਸੀਂ ਇਹਦੇ ਲੱਡੂ ਉਦੋਂ ਹੀ ਵੱਟ ਲਵਾਂਗੇ। ਜੇ ਇਹ ਥੋੜ੍ਹੀ ਦੇਰ ਪੇ ਰਹਿ ਗਏ ਤਾਂ ਇਹ ਇੱਦਾਂ ਹੀ ਅੱਠ ਜਾਣਗੇ, ਠੀਕ ਹੈ, ਫਿਰ ਲੱਡੂ ਨਹੀਂ ਵੱਟੇ ਜਾਣਗੇ। ਅਤੇ ਹੁਣ ਆਪਾਂ ਜਦੋਂ ਹਲਕੇ ਜਿਹੇ ਕੋਸੇ ਹੋਣ ਫਿਰ ਇਹਦੇ ਲੱਡੂ ਵੱਟ ਕੇ ਆਪਾਂ ਰੱਖ ਲਵਾਂਗੇ। ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਬਾਈਂਡਿੰਗ ਹੋ ਰਹੀ ਹੈ ਲੱਡੂਆਂ ਦੀ। ਜਿਹੜੇ ਇਹ ਮੋਤੀਚੂਰ ਦੇ ਲੱਡੂ ਹੈ ਬਹੁਤ ਜ਼ਿਆਦਾ ਸੌਖੇ ਆ ਘਰ ਦੇ ਵਿੱਚ ਬਣਾਉਣੇ, ਹਰ ਕੋਈ ਇਹਨਾਂ ਨੂੰ ਆਸਾਨੀ ਦੇ ਨਾਲ ਬਣਾ ਕੇ ਤਿਆਰ ਕਰ ਸਕਦਾ ਹੈ। ਅਤੇ ਜਦੋਂ ਇਹ ਥੋੜ੍ਹੇ ਜਿਹੇ ਠੰਡੇ ਹੋ ਜਾਣਗੇ ਅਤੇ ਬਾਹਰੋਂ ਦੀ ਇਹ ਆਠਰਨੇ ਸ਼ੁਰੂ ਹੋ ਜਾਣਗੇ। ਇਹਦੇ ਵਿੱਚ ਮੈਂ ਇੱਕ ਕਲਿੱਪ ਪਾਈ ਹੈ ਜਦੋਂ ਇਹ ਲੱਡੂ ਮਤਲਬ ਹਾਲੇ ਤਾਂ ਮੈਂ ਤਾਜ਼ੇ ਬਣਾਏ ਆ, ਜਦੋਂ ਸ਼ਾਮ ਨੂੰ ਥੋੜ੍ਹੇ ਆਠਰ ਗਏ ਸੀਗੇ ਅਤੇ ਉਹਦੀ ਵੀ ਮੈਂ ਛੋਟੀ ਜਿਹੀ ਇੱਕ ਕਲਿੱਪ ਪਾਈ ਹੈ। ਪਹਿਲਾਂ ਮੈਂ ਤੁਹਾਨੂੰ ਇੱਕ ਵਾਰੀ ਤਾਜ਼ਾ ਲੱਡੂ ਤੋੜ ਕੇ ਦਿਖਾਉਂਦੀ ਹਾਂ, ਕਿਉਂਕਿ ਹਾਲੇ ਇਹ ਆਠਰੇ ਆ, ਹਲਕੇ ਜਿਹੇ ਬਾਹਰੋਂ, ਜ਼ਿਆਦਾ ਨਹੀਂ ਆਠਰੇ। ਅਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ 'ਤੇ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਦੀ ਲੱਗੀ ਹੈ। ਮਿਲਦੇ ਹਾਂ ਫਿਰ ਕੋਈ ਨਵੀਂ ਵੀਡੀਓ ਦੇ ਨਾਲ।